ਹਰਜੀਤ ਸਿੰਘ ਸੱਜਣ ਜਦੋਂ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਤਾਂ ਉਹਨਾਂ ਦਾ ਬੜਾ ਹੀ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰ ਕੀ ਕੁਝ ਖਾਸ ਰਿਹਾ ਪੂਰੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ। ਬੰਬੇਲੀ ਪਿੰਡ ਦੇ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਅਤੇ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ। ਪਿੰਡ ਦੇ ਲੋਕਾਂ ਦਾ ਸੱਜਣ ਆਇਆ ਵੀ ਪਰ ਮੁਖਾਤਿਬ ਨਹੀਂ ਹੋਇਆ। ਬਿਲਕੁਲ ਜਿਸ ਤਰੀਕੇ ਨਾਲ ਪਿੰਡ ਦੇ ਲੋਕਾਂ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਹਰਜੀਤ ਸਿੰਘ ਸੱਜਣ ਦੇ ਸਨਮਾਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਤਿਆਰੀਆਂ ਮੁਕੰਮਲ ਵੀ ਹੋਈਆਂ, ਲੋਕ ਇਕੱਠੇ ਵੀ ਹੋਏ ਪਰ ਸੱਜਣ ਦੇ ਨਾਲ ਮੁਲਾਕਾਤ ਨਹੀਂ ਹੋ ਸਕੀ। ਪਿੰਡ ਦੇ ਸਰਪੰਚ ਸਾਹਿਬ ਔਰ ਹੋਰ ਜੋ ਪਿੰਡ ਦੇ ਨਿਵਾਸੀ ਸਾਡੇ ਨਾਲ ਹੈਗੇ ਨੇ, ਸਰਪੰਚ ਸਾਹਿਬ ਜਿਸ ਤਰੀਕੇ ਨਾਲ ਬੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਬੜੇ ਪ੍ਰਬੰਧ ਕੀਤੇ ਜਾ ਰਹੇ ਸਨ ਤੁਹਾਡੇ ਵੱਲੋਂ, ਪਰ ਕੀ ਸਬੱਬ ਬਣਿਆ ਕਿ ਹਰਜੀਤ ਸਿੰਘ ਸੱਜਣ ਹੋਣਾ ਜੋ ਲੋਕਾਂ ਦੇ ਮੁਖਾਤਿਬ ਨਹੀਂ ਹੋਏ ਸਿੱਧਾ ਆਪਣੇ ਘਰ ਚਲੇ ਗਏ? ਦੇਖੋ ਜੀ, ਮੈਂ ਸਮਝਦਾ ਕਿ ਬਈ ਇੱਕ ਤਾਂ ਜਿਹੜਾ ਪ੍ਰੋਗਰਾਮ ਸੀ ਸਾਡਾ ਪਿੰਡ ਵਾਸੀਆਂ ਦਾ ਸੀਗਾ, ਅਤੇ ਦੂਸਰਾ ਇਹ ਹੈ ਕਿ ਬਈ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ। ਅਸੀਂ ਆਪਣੇ ਉਮੀਦਾਂ ਮੁਤਾਬਕ ਇੰਤਜ਼ਾਮ ਕੀਤੇ ਵਧੀਆ, ਪਰ ਸੰਗਤ ਦਾ ਇੰਨਾ ਉਤਸ਼ਾਹ ਸੀ, ਸਾਡੀ ਸੋਚ ਤੋਂ 10 ਗੁਣਾ ਵੱਧ ਗਈ, ਇਸ ਕਰਕੇ ਸਾਡਾ ਜਿਹੜਾ ਪ੍ਰੋਗਰਾਮ ਸਾਰਾ ਅਪਸੈਟ ਹੋ ਗਿਆ। ਸੱਜਣ ਨੂੰ ਮਿਲਣ ਦੇ ਲਈ ਬੜੀ ਦੂਰ ਦੁਰਾਡੇ ਤੋਂ ਲੋਕ ਵੀ ਆਏ ਸਨ, ਹੁਸ਼ਿਆਰਪੁਰ ਦੇ ਨੇੜਲੇ ਇਲਾਕਿਆਂ ਤੋਂ, ਮਾਹਲਪੁਰ ਦੇ ਨੇੜਲੇ ਇਲਾਕਿਆਂ ਤੋਂ, ਔਰ ਈਵਨ ਕਿ ਜੋ ਦੂਰ ਜ਼ਿਲ੍ਹੇ ਹੈਗੇ ਨੇ, ਨੇੜਲੇ ਜ਼ਿਲ੍ਹੇ ਹੈਗੇ ਨੇ, ਰੋਪੜ ਦੇ ਜ਼ਿਲ੍ਹੇ ਹੈਗੇ ਨੇ, ਜੋ ਸੈਣੀ ਭਾਈਚਾਰੇ ਦੇ ਲੋਕ ਹੈਗੇ ਨੇ, ਹੋਰ ਵੱਖ ਵੱਖ ਜਥੇਬੰਦੀਆਂ ਦੇ ਲੋਕ ਹਰਜੀਤ ਸਿੰਘ ਸੱਜਣ ਦਾ ਸਨਮਾਨ ਕਰਨ ਦੇ ਵਾਸਤੇ ਪੁੱਜੇ ਸਨ, ਪਰ ਸਭ ਦੀਆਂ ਮਨ ਦੇ ਮਨ ਵਿੱਚ ਹੀ ਰਹਿ ਗਈਆਂ। ਪੰਜਾਬ ਦੀ ਐਡੀ ਵੱਡੀ ਸ਼ਖਸੀਅਤ ਜਿਹੜੀ ਕਿ ਦੂਸਰੀ ਦੇਸ਼ ਵਿੱਚ ਜਾ ਕੇ ਆਪਣੇ ਪੈਰਾਂ 'ਤੇ ਖੜੇ ਹੋਏ, ਬੀਂਗ ਸਿੱਖ ਹੋਣ ਦੇ ਨਾਤੇ ਵੀ ਸਾਨੂੰ ਉਹਨਾਂ ਦੇ ਮਾਣ ਹੈ, ਸਾਨੂੰ ਆਪਣੀ ਬਰਾਦਰੀ ਦੇ 'ਤੇ ਵੀ ਮਾਣ ਹੈ, ਸੈਣੀ ਬਰਾਦਰੀ ਨੂੰ ਬਿਲੋਂਗ ਕਰਦੇ ਸੀ ਅਸੀਂ ਸਾਰੇ 12 ਮੈਂਬਰ, ਉਹਨਾਂ ਦੇ ਸਤਿਕਾਰ ਕਰਨ ਲਈ, ਉਹਨਾਂ ਦੀ ਮਾਨ ਇੱਜ਼ਤ ਕਰਨ ਲਈ ਆਪਣੇ ਕੋਲੋਂ ਮੋਮੈਂਟੋ ਅਤੇ ਹੋਰ ਵੀ ਕੁਛ ਦੇਣ ਵਾਸਤੇ ਆਏ ਸੀ, ਪਰ ਮਾਹੌਲ ਇੱਥੇ ਇੱਦਾਂ ਦਾ ਹੋ ਗਿਆ ਕਿ ਅਸੀਂ ਮਾਯੂਸ ਹੋ ਕੇ ਜਾ ਰਹੇ ਹਾਂ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀ, PTC ਨਿਊਜ਼, ਬੰਬੇਲੀ ਪਿੰਡ, ਹੁਸ਼ਿਆਰਪੁਰ।